ਤਾਂ ਗੁਰੂ ਨੇ ਕਿਰਪਾ ਕੀਤੀ ਹੈ ਜੀ। ਹਰੇਕ ਉਹ ਪ੍ਰਾਣੀ ਭਾਗਾਂ ਵਾਲਾ ਹੁੰਦਾ ਜਿਹਨੂੰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਦਾ ਮੌਕਾ ਮਿਲੇ। ਗੁਰੂ ਨੇ ਮੌਕਾ ਬਖਸ਼ਿਆ ਅਤੇ ਅਸੀਂ ਗੁਰੂ ਦੇ ਚਰਨਾਂ 'ਚ ਅਰਦਾਸ ਕਰਾਂਗੇ ਅਤੇ ਵਾਧੇ ਭਲੇ ਲਈ ਅਰਦਾਸ ਕਰਾਂਗੇ। ਸਰ, ਪੰਜਾਬ ਦੇ ਲੋਕਾਂ ਦੇ ਜਿਹੜੇ ਸਵਾਲ ਨੇ ਉਹ ਕਿਤੇ ਨਾ ਕਿਤੇ ਖੜੇ ਨੇ। 2 ਮਹੀਨੇ ਹੋ ਚੁੱਕੇ ਆ, ਲੋਕ ਕਾਫੀ ਉਮੀਦਾਂ ਲਗਾ ਕੇ ਬੈਠੇ, ਪੂਰੀਆਂ ਨਹੀਂ ਹੋਈਆਂ ਅਜੇ ਤੱਕ। ਬੜੀ ਬਿਜਲੀ ਦੇ ਮੁੱਦੇ ਨੇ, ਹੋਰ ਵੀ ਬੈਠਾ। ਦੇਖੋ ਜੀ, ਸਰਕਾਰ ਨਾਲ ਮੈਂ ਲਗਾਤਾਰ ਡਾਇਲੋਗ 'ਚ ਰਹਿੰਦਾ ਜੀ ਇਹਦੇ ਬਾਰੇ, ਔਰ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੀ ਗੱਲ ਕਹੀ ਗਈ ਹੈ ਕਿ ਜਿਹੜੀਆਂ 75 ਸਾਲਾਂ ਦੀਆਂ ਉਲਝਣਾਂ ਉਹਨਾਂ ਦਾ ਸਿਰਾ ਲੱਭਣ ਵਾਸਤੇ ਕੁਛ ਤਾਂ ਟਾਈਮ ਲੱਗੂਗਾ, ਔਰ ਪੰਜਾਬ ਦੇ ਲੋਕ ਮੇਰੇ ਖਿਆਲ ਇਸ ਗੱਲ ਨਾਲ ਸਹਿਮਤ ਵੀ ਹੈਗੇ। ਸਰ, ਨਸ਼ੇ ਵਾਸਤੇ ਖਤਮ ਕਰਨ ਵਾਸਤੇ ਕੁਛ ਖਾਸ ਕੀਤਾ ਵਾ? ਜਿਸ ਤਰ੍ਹਾਂ ਉਪਰਾਲਾ ਕੀਤਾ ਗਿਆ ਵੀ ਹਰ ਪਾਸੇ ਪਰਚੇ ਦਰਜ ਕੀਤੇ ਜਾਣ, ਤਾਂ ਲੱਗਦਾ ਕਿ ਜਲਦ ਤੋਂ ਜਲਦ ਖਤਮ ਹੋਏਗਾ ਇਹਨਾਂ? ਦੇਖੋ, ਇਹਦੇ ਲਈ ਸਰਕਾਰ ਅਤੇ ਸਮਾਜ ਨੂੰ ਦੋਹਾਂ ਨੂੰ ਇਕੱਠਿਆਂ ਹੋ ਕੇ ਕੰਮ ਕਰਨਾ ਪੈਣਾ, ਔਰ ਗੁਰੂ ਸਾਹਿਬ ਵੀ ਮਿਹਰ ਕਰਨ, ਕਿਉਂਕਿ ਬੜਾ ਬਹੁਤ ਵੱਡਾ ਇਹ ਇੱਕ ਤਰ੍ਹਾਂ ਦੀ ਮਹਾਂਮਾਰੀ ਹੈ ਜਿਹੜੀ ਨਸ਼ੇ ਹੈ। ਇਸ ਸਟੇਟ ਆਫ ਐਮਰਜੈਂਸੀ ਮੈਂ ਨਸ਼ਿਆਂ ਦੇ ਸੰਬੰਧ ਵਿੱਚ ਕਹਾਂ। ਸਰ, ਮਹਿਲਾਵਾਂ ਨੂੰ ਹਜ਼ਾਰ ਰੁਪਏ ਦਾ ਇੰਤਜ਼ਾਰ ਕਦੋਂ ਸ਼ੁਰੂ ਹੋਏਗਾ? ਇਹਦੇ ਲਈ ਜਿਹੜਾ ਨਾ ਉਹ ਜਾਂਦੇ ਜਾਂਦੇ ਖਜ਼ਾਨੇ ਦਾ ਥੱਲਾ ਹੀ ਲੈ ਗਏ ਜੀ, ਥੱਲਾ ਲੱਗ ਜੇ ਖਜ਼ਾਨੇ ਰੌਣਕ ਹੋ ਜਾਣਾ ਠੀਕ ਆ।